ਜੇ ਨੇੜੇ ਤੇੜੇ ਲੋਕ ਹੁੰਦੇ ਤਾਂ ਬੇਬੇ ਨੇ ਜ਼ਰੂਰ ਬਚ ਜਾਣਾ ਸੀ, ਬੇਬੇ ਦੀਆਂ ਵਾਲੀਆਂ ਜ਼ਰੂਰ ਬਚ ਜਾਂਦੀਆਂ, ਕਿਉਂਕਿ ਬੇਬੇ ਇਸ ਲੁਟੇਰੇ ਦੇ ਨਾਲ ਘੁਲ ਗਈ। ਹਾਲਾਂਕਿ ਲੁਟੇਰਾ ਪਿੱਛੋਂ ਦੀ ਵਾਰ ਕਰਦਾ ਹੈ, ਪਿੱਛੋਂ ਅਟੈਕ ਕਰਦਾ ਹੈ, ਝਪੱਟਾ ਮਾਰਦਾ ਹੈ, ਉਸਦੇ ਬਾਵਜੂਦ ਜਿਹੜੀ ਬੇਬੇ ਹੈ ਕਾਫੀ ਉਮਰ ਦਰਾਜ ਨੇ। ਜਿਵੇਂ ਹੀ ਲੁਟੇਰੇ ਨੇ ਬੇਬੇ ਨੂੰ ਝਪੱਟਾ ਮਾਰਿਆ, ਬੇਬੇ ਨੇ ਮੁੜ ਉਸਦਾ ਹੱਥ ਫੜ ਲਿਆ ਅਤੇ ਹੇਠਾਂ ਡਿੱਗ ਪਈ। ਨਾਲ ਦੀ ਨਾਲ ਹੀ ਲੁਟੇਰਾ ਵੀ ਥੋੜ੍ਹੀ ਦੇਰ ਲਈ ਬੇਬੇ ਦੀ ਪਕੜ ਦੇ ਵਿੱਚ ਆ ਗਿਆ ਸੀ। ਜੇਕਰ ਕੋਈ ਥੋੜ੍ਹੇ ਦੇਰ ਪਹਿਲਾਂ ਬੇਬੇ ਦੀ ਮਦਦ ਕਰਨ ਆ ਜਾਂਦਾ ਤਾਂ ਲੁਟੇਰਾ ਫੜਿਆ ਜਾਣਾ ਸੀ। ਦਰਅਸਲ ਤਸਵੀਰਾਂ ਨੂੰ ਗੌਰ ਦੇ ਨਾਲ ਦੇਖੋ, ਇੱਕ ਮੋਟਰਸਾਈਕਲ ਦੇ ਉੱਤੇ ਦੋ ਲੁਟੇਰੇ ਆਉਂਦੇ ਨੇ। ਇੱਕ ਬੇਬੇ ਘਰੋਂ ਬਾਹਰ ਨਿਕਲਦੀ ਹੈ ਸੈਰ ਕਰਨ ਦੇ ਲਈ। ਸੈਰ ਕਰਨ ਵੇਲੇ ਬੇਬੇ ਨੂੰ ਇਹ ਨਹੀਂ ਪਤਾ ਸੀ ਕਿ ਉਸਦੇ ਨਾਲ ਇੱਦਾਂ ਦਾ ਕੁਝ ਹੋਣ ਵਾਲਾ ਹੈ। ਜਿਵੇਂ ਹੀ ਬੇਬੇ ਸੈਰ ਕਰਨ ਦੇ ਲਈ ਗਲੀ ਦੇ ਵਿੱਚ ਮੁੜਦੀ ਹੈ, ਪਿੱਛਿਓਂ ਦੀ ਦੱਬੇ ਪੈਰੀ ਇਹ ਲੁਟੇਰਾ ਜੋ ਕਿ ਆਪਣੇ ਸਾਥੀ ਦੇ ਨਾਲ ਆਇਆ ਸੀ, ਬੇਬੇ 'ਤੇ ਝਪੱਟਾ ਮਾਰ ਦਿੰਦਾ ਹੈ ਅਤੇ ਉਸਦੇ ਕੰਨ ਦੀਆਂ ਵਾਲੀਆਂ ਅਤੇ ਸੋਨੇ ਦੇ ਗਹਿਣੇ ਖੋ ਕੇ ਲੈ ਜਾਂਦਾ ਹੈ। ਤਾਂ ਬੇਬੇ ਜਿਹੜੀ ਹੈ ਇਸ ਲੁਟੇਰੇ ਦੇ ਨਾਲ ਘੁਲ ਜਾਂਦੀ ਹੈ, ਫੜ ਲੈਂਦੀ ਹੈ ਇਸ ਲੁਟੇਰੇ ਨੂੰ। ਪਰ ਅੰਤ ਦੇ ਵਿੱਚ ਬਜ਼ੁਰਗ ਹੋਣ ਦੇ ਕਾਰਨ ਜ਼ਿਆਦਾ ਦੇਰ ਤੱਕ ਲੁਟੇਰੇ ਨੂੰ ਨਹੀਂ ਫੜ ਸਕੀ। ਲੁਟੇਰਾ ਬਾਂਹ ਛੜਾ ਕੇ ਆਪਣੀ ਭੱਜ ਨਿਕਲਦਾ ਹੈ। ਪਰ ਤਸਵੀਰਾਂ ਦੇਖੋ ਕਿੰਨੀਆਂ ਭਿਆਨਕ ਨੇ, ਖੌਫਨਾਕ ਨੇ। ਘਰੋਂ ਬਜ਼ੁਰਗ ਬਾਹਰ ਸੈਰ ਕਰਨ ਵੀ ਨਹੀਂ ਨਿਕਲ ਸਕਦੇ। ਪੰਜਾਬ ਦੇ ਹਾਲਾਤ ਨੇ ਉੱਪਰੋਂ ਚੋਣ ਜ਼ਾਬਤਾ ਲੱਗੀ ਹੋਈ ਹੈ। ਪੁਲਿਸ ਥਾਂ ਥਾਂ ਜਾ ਕੇ ਕਹਿ ਰਹੀ ਹੈ ਕਿ ਸ਼ਹਿਰਾਂ ਦੇ ਹਾਲਾਤ ਕੰਟਰੋਲ ਦੇ ਵਿੱਚ ਨੇ, ਪਰ ਤਸਵੀਰਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਨੇ। ਦੇਖ ਸਕਦੇ ਹੋ ਕਿ ਕਿਵੇਂ ਇੱਕ ਬਜ਼ੁਰਗ ਮਹਿਲਾ ਆਪਣੇ ਘਰੋਂ ਬਾਹਰ ਸਿਰਫ ਸੈਰ ਕਰਨ ਦੇ ਲਈ ਨਿਕਲੀ ਸੀ। ਉਸ ਨੂੰ ਨਹੀਂ ਪਤਾ ਸੀ ਕਿ ਉਸਦਾ ਪਿੱਛਾ ਲੁਟੇਰੇ ਕਰ ਰਹੇ ਨੇ। ਪਰ ਇਹ ਜਿਹੜਾ ਹਾਦਸਾ ਹੋਇਆ, ਜਿਹੜੀ ਘਟਨਾ ਹੋਈ ਹੈ, ਸਾਰੀ CCTV ਦੇ ਵਿੱਚ ਕੈਦ ਹੋ ਗਈ। ਅਤੇ CCTV ਵੀ ਅਜਿਹਾ ਜਿਹੜਾ HD ਤਸਵੀਰਾਂ ਕੈਦ ਕਰਦਾ ਹੈ। ਸਾਫ਼ ਸਾਫ਼ ਆਵਾਜ਼ ਵੀ ਸੁਣ ਸਕਦੇ ਹੋ ਬੇਬੇ ਦੀ ਚੀਕਾਂ ਦੀ। ਬੇਬੇ ਦੀ ਚੀਕਾਂ ਮਾਰ ਰਹੀ ਹੈ ਇਸ ਲੁਟੇਰੇ ਤੋਂ ਬਚਣ ਦੇ ਲਈ, ਲੋਕਾਂ ਲਈ ਮਦਦ ਮੰਗ ਰਹੀ ਹੈ, ਲੋਕਾਂ ਤੋਂ ਲਗਾਤਾਰ ਮਦਦ ਮੰਗ ਰਹੀ ਹੈ ਬੇਬੇ ਚੀਕਾਂ ਮਾਰ ਮਾਰ ਕੇ। ਪਰ ਕੋਈ ਵੀ ਨਹੀਂ ਆਇਆ ਬੇਬੇ ਦੀ ਮਦਦ ਕਰਨ। ਤਾਂ ਦੱਸ ਦਈਏ ਕਿ ਇਹ ਤਸਵੀਰਾਂ ਹੁਸ਼ਿਆਰਪੁਰ ਦੇ ਮੁਹੱਲਾ ਦਸ਼ਮੇਸ਼ ਨਗਰ ਦੀਆਂ ਨੇ, ਜਿੱਥੇ ਇੱਕ ਬਜ਼ੁਰਗ ਦੇ ਨਾਲ ਲੁੱਟ ਖੋਹ ਹੋਈ ਹੈ। ਪਿੱਛੋਂ ਦੱਬੇ ਪੈਰੀ ਲੁਟੇਰਾ ਹੁੰਦਾ ਹੈ, ਪਰ ਲੁਟੇਰੇ ਦੇ ਨਾਲ ਜਿਵੇਂ ਇਹ ਬਜ਼ੁਰਗ ਘੁਲੀ ਹੈ, ਸਲੂਟ ਹੈ ਇਸ ਦੀ ਦਲੇਰੀ ਨੂੰ। ਦੇਖ ਸਕਦੇ ਹੋ ਤਸਵੀਰਾਂ ਹੁਸ਼ਿਆਰਪੁਰ ਤੋਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਜੇ ਨੇੜੇ ਤੇੜੇ ਲੋਕ ਹੁੰਦੇ ਤਾਂ ਬੇਬੇ ਨੇ ਜ਼ਰੂਰ ਬਚ ਜਾਣਾ ਸੀ, ਬੇਬੇ ਦੀਆਂ ਵਾਲੀਆਂ ਜ਼ਰੂਰ ਬਚ ਜਾਂਦੀਆਂ, ਕਿਉਂਕਿ ਬੇਬੇ ਇਸ ਲੁਟੇਰੇ ਦੇ ਨਾਲ ਘੁਲ ਗਈ। ਹਾਲਾਂਕਿ ਲੁਟੇਰਾ ਪਿੱਛੋਂ ਦੀ ਵਾਰ ਕਰਦਾ ਹੈ, ਪਿੱਛੋਂ ਅਟੈਕ ਕਰਦਾ ਹੈ, ਝਪੱਟਾ ਮਾਰਦਾ ਹੈ, ਉਸਦੇ ਬਾਵਜੂਦ ਜਿਹੜੀ ਬੇਬੇ ਹੈ ਕਾਫੀ ਉਮਰ ਦਰਾਜ ਨੇ। ਜਿਵੇਂ ਹੀ ਲੁਟੇਰੇ ਨੇ ਬੇਬੇ ਨੂੰ ਝਪੱਟਾ ਮਾਰਿਆ, ਬੇਬੇ ਨੇ ਮੁੜ ਉਸਦਾ ਹੱਥ ਫੜ ਲਿਆ ਅਤੇ ਹੇਠਾਂ ਡਿੱਗ ਪਈ। ਨਾਲ ਦੀ ਨਾਲ ਹੀ ਲੁਟੇਰਾ ਵੀ ਥੋੜ੍ਹੀ ਦੇਰ ਲਈ ਬੇਬੇ ਦੀ ਪਕੜ ਦੇ ਵਿੱਚ ਆ ਗਿਆ ਸੀ। ਜੇਕਰ ਕੋਈ ਥੋੜ੍ਹੇ ਦੇਰ ਪਹਿਲਾਂ ਬੇਬੇ ਦੀ ਮਦਦ ਕਰਨ ਆ ਜਾਂਦਾ ਤਾਂ ਲੁਟੇਰਾ ਫੜਿਆ ਜਾਣਾ ਸੀ। ਦਰਅਸਲ ਤਸਵੀਰਾਂ ਨੂੰ ਗੌਰ ਦੇ ਨਾਲ ਦੇਖੋ, ਇੱਕ ਮੋਟਰਸਾਈਕਲ ਦੇ ਉੱਤੇ ਦੋ ਲੁਟੇਰੇ ਆਉਂਦੇ ਨੇ। ਇੱਕ ਬੇਬੇ ਘਰੋਂ ਬਾਹਰ ਨਿਕਲਦੀ ਹੈ ਸੈਰ ਕਰਨ ਦੇ ਲਈ। ਸੈਰ ਕਰਨ ਵੇਲੇ ਬੇਬੇ ਨੂੰ ਇਹ ਨਹੀਂ ਪਤਾ ਸੀ ਕਿ ਉਸਦੇ ਨਾਲ ਇੱਦਾਂ ਦਾ ਕੁਝ ਹੋਣ ਵਾਲਾ ਹੈ। ਜਿਵੇਂ ਹੀ ਬੇਬੇ ਸੈਰ ਕਰਨ ਦੇ ਲਈ ਗਲੀ ਦੇ ਵਿੱਚ ਮੁੜਦੀ ਹੈ, ਪਿੱਛਿਓਂ ਦੀ ਦੱਬੇ ਪੈਰੀ ਇਹ ਲੁਟੇਰਾ ਜੋ ਕਿ ਆਪਣੇ ਸਾਥੀ ਦੇ ਨਾਲ ਆਇਆ ਸੀ, ਬੇਬੇ 'ਤੇ ਝਪੱਟਾ ਮਾਰ ਦਿੰਦਾ ਹੈ ਅਤੇ ਉਸਦੇ ਕੰਨ ਦੀਆਂ ਵਾਲੀਆਂ ਅਤੇ ਸੋਨੇ ਦੇ ਗਹਿਣੇ ਖੋ ਕੇ ਲੈ ਜਾਂਦਾ ਹੈ। ਤਾਂ ਬੇਬੇ ਜਿਹੜੀ ਹੈ
ਇਸ ਲੁਟੇਰੇ ਦੇ ਨਾਲ ਘੁਲ ਜਾਂਦੀ ਹੈ, ਫੜ ਲੈਂਦੀ ਹੈ ਇਸ ਲੁਟੇਰੇ ਨੂੰ। ਪਰ ਅੰਤ ਦੇ ਵਿੱਚ ਬਜ਼ੁਰਗ ਹੋਣ ਦੇ ਕਾਰਨ ਜ਼ਿਆਦਾ ਦੇਰ ਤੱਕ ਲੁਟੇਰੇ ਨੂੰ ਨਹੀਂ ਫੜ ਸਕੀ। ਲੁਟੇਰਾ ਬਾਂਹ ਛੜਾ ਕੇ ਆਪਣੀ ਭੱਜ ਨਿਕਲਦਾ ਹੈ। ਪਰ ਤਸਵੀਰਾਂ ਦੇਖੋ ਕਿੰਨੀਆਂ ਭਿਆਨਕ ਨੇ, ਖੌਫਨਾਕ ਨੇ। ਘਰੋਂ ਬਜ਼ੁਰਗ ਬਾਹਰ ਸੈਰ ਕਰਨ ਵੀ ਨਹੀਂ ਨਿਕਲ ਸਕਦੇ। ਪੰਜਾਬ ਦੇ ਹਾਲਾਤ ਨੇ, ਉੱਪਰੋਂ ਚੋਣ ਜ਼ਾਬਤਾ ਲੱਗੀ ਹੋਈ ਹੈ, ਪੁਲਿਸ ਥਾਂ ਥਾਂ ਜਾ ਕੇ ਕਹਿ ਰਹੀ ਹੈ ਕਿ ਸ਼ਹਿਰਾਂ ਦੇ ਹਾਲਾਤ ਕੰਟਰੋਲ ਦੇ ਵਿੱਚ ਨੇ। ਪਰ ਤਸਵੀਰਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਨੇ। ਦੇਖ ਸਕਦੇ ਹੋ ਕਿ ਕਿਵੇਂ ਇੱਕ ਬਜ਼ੁਰਗ ਮਹਿਲਾ ਆਪਣੇ ਘਰੋਂ ਬਾਹਰ ਸਿਰਫ ਸੈਰ ਕਰਨ ਦੇ ਲਈ ਨਿਕਲੀ ਸੀ। ਉਸ ਨੂੰ ਨਹੀਂ ਪਤਾ ਸੀ ਕਿ ਉਸਦਾ ਪਿੱਛਾ ਲੁਟੇਰੇ ਕਰ ਰਹੇ ਨੇ। ਪਰ ਇਹ ਜਿਹੜਾ ਹਾਦਸਾ ਹੋਇਆ, ਜਿਹੜੀ ਘਟਨਾ ਹੋਈ ਹੈ, ਸਾਰੀ CCTV ਦੇ ਵਿੱਚ ਕੈਦ ਹੋ ਗਈ। ਅਤੇ CCTV ਵੀ ਅਜਿਹਾ ਜਿਹੜਾ HD ਤਸਵੀਰਾਂ ਕੈਦ ਕਰਦਾ ਹੈ। ਸਾਫ ਸਾਫ ਆਵਾਜ਼ ਵੀ ਸੁਣ ਸਕਦੇ ਹੋ ਬੇਬੇ ਦੀ ਚੀਕਾਂ ਦੀ। ਬੇਬੇ ਦੀ ਚੀਕਾਂ ਮਾਰ ਰਹੀ ਹੈ ਇਸ ਲੁਟੇਰੇ ਤੋਂ ਬਚਣ ਦੇ ਲਈ, ਲੋਕਾਂ ਲਈ ਮਦਦ ਮੰਗ ਰਹੀ ਹੈ, ਲੋਕਾਂ ਤੋਂ ਲਗਾਤਾਰ ਮਦਦ ਮੰਗ ਰਹੀ ਹੈ ਬੇਬੇ ਚੀਕਾਂ ਮਾਰ ਮਾਰ ਕੇ। ਪਰ ਕੋਈ ਵੀ ਨਹੀਂ ਆਇਆ ਬੇਬੇ ਦੀ ਮਦਦ ਕਰਨ। ਤਾਂ ਦੱਸ ਦਈਏ ਕਿ ਇਹ ਤਸਵੀਰਾਂ ਹੁਸ਼ਿਆਰਪੁਰ ਦੇ ਮੁਹੱਲਾ ਦਸ਼ਮੇਸ਼ ਨਗਰ ਦੀਆਂ ਨੇ, ਜਿੱਥੇ ਇੱਕ ਬਜ਼ੁਰਗ ਦੇ ਨਾਲ ਲੁੱਟ ਖੋਹ ਹੋਈ ਹੈ। ਪਿੱਛੋਂ ਦੱਬੇ ਪੈਰੀ ਲੁਟੇਰਾ ਹੁੰਦਾ ਹੈ, ਪਰ ਲੁਟੇਰੇ ਦੇ ਨਾਲ ਜਿਵੇਂ ਇਹ ਬਜ਼ੁਰਗ ਘੁਲੀ ਹੈ। ਸਲੂਟ ਹੈ ਇਸ ਦੀ ਦਲੇਰੀ ਨੂੰ। ਦੇਖ ਸਕਦੇ ਹੋ ਤਸਵੀਰਾਂ ਹੁਸ਼ਿਆਰਪੁਰ ਤੋਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ।